ਸਵਿਟਜ਼ਰਲੈਂਡ ਸਟੱਡੀ ਵੀਜ਼ਾ ਦੀ ਗੱਲ ਕਰਾਂਗੇ ਅੱਜ ਕਿ ਕਿਹੜੇ ਕਿ ਸਟੂਡੈਂਟ ਨੂੰ ਜੋ ਹੈ ਸਵਿਟਜ਼ਰਲੈਂਡ ਸਟੱਡੀ ਵੀਜ਼ਾ ਲਈ ਅਪਲਾਈ ਕਰਨਾ ਚਾਹੀਦਾ ਹੈ। ਖੂਬਸੂਰਤ ਕੰਟਰੀ ਦੇ ਹੋਣ ਦੇ ਨਾਲ ਨਾਲ ਸਟੂਡੈਂਟਸ ਲਈ ਕਿਸ ਤਰ੍ਹਾਂ ਦੇ ਬੈਨੀਫਿਟ ਵੀ ਉਹ ਦੇ ਰਹੇ ਨੇ ਤਾਂ ਕਿ ਇੰਨੀ ਸੋਹਣੀ ਕੰਟਰੀ ਦੇ ਵਿੱਚ ਜਾ ਕੇ ਜਦੋਂ ਸਟੂਡੈਂਟ ਪੜ੍ਹਾਈ ਕਰਦਾ ਤਾਂ ਉਸ ਤੋਂ ਬਾਅਦ ਉਹਨੂੰ ਆਪਣੇ ਫਿਊਚਰ ਦੇ ਲਈ ਕਿਹੜੀਆਂ ਕਿਹੜੀਆਂ ਚੰਗੀਆਂ ਆਪਸ਼ਨਸ, ਕਿਹੜੇ ਕਿਹੜੇ ਚੰਗੇ ਬੈਨੀਫਿਟਸ ਵੀ ਮਿਲ ਸਕਦੇ ਨੇ, ਕਿਉਂਕਿ ਕੋਰਸਿਸ ਨੂੰ ਲੈ ਕੇ ਸਟੂਡੈਂਟਸ ਅਕਸਰ ਸਵਾਲ ਹੁੰਦੇ ਆ ਕਿ ਅਸੀਂ ਸਵਿਟਜ਼ਰਲੈਂਡ ਜਾਵਾਂਗੇ, ਸਾਡੀ ਪ੍ਰੋਫਾਈਲ ਦੇ ਨਾਲ ਜੁੜਿਆ ਹੋਇਆ ਕੋਈ ਵਧੀਆ ਸਾਨੂੰ ਕੋਰਸ ਮਿਲ ਸਕੇਗਾ ਕਿ ਨਹੀਂ, ਜਾਂ ਉਹ ਕੋਰਸਿਸ ਕਰਨ ਤੋਂ ਬਾਅਦ ਸਾਡਾ ਅੱਗੋਂ ਫਿਊਚਰ ਕੀ ਹੈ, ਅਸੀਂ ਸਵਿਟਜ਼ਰਲੈਂਡ ਕਿਸ ਤਰ੍ਹਾਂ ਦੇ ਸਾਨੂੰ ਕੰਮ ਦੀ ਆਪਸ਼ਨ ਮਿਲਣਗੀਆਂ, ਫਰਦਰ ਅਸੀਂ ਕਿੱਥੇ ਹੋਰ ਕੰਟਰੀ ਵਿੱਚ ਸੈਟਲ ਹੋ ਸਕਾਂਗੇ। ਸੋ ਢੇਰ ਸਾਰੇ ਸਵਾਲ ਸਾਡੇ ਕੋਲ ਅਕਸਰ ਸਟੂਡੈਂਟਸ ਦੇ ਆਉਂਦੇ ਹੀ ਰਹਿੰਦੇ ਨੇ, ਸੋ ਇਸ ਲਈ ਪ੍ਰੋਪਰ ਵੀਡੀਓ ਲੈ ਕੇ ਆ ਰਹੇ ਹਾਂ ਤਾਂ ਕਿ ਤੁਸੀਂ ਹਰ ਚੀਜ਼ ਨੂੰ ਜ਼ਰੂਰ ਸਮਝ ਸਕੋ ਔਰ ਆਪਣਾ ਮਨ ਅਗਰ ਬਣਾਉਣਾ ਚਾਹੁੰਦੇ ਹੋ ਸਵਿਟਜ਼ਰਲੈਂਡ ਦੇ ਲਈ ਸਟੱਡੀ ਵੀਜ਼ਾ ਅਪਲਾਈ ਕਰਨ ਦੇ ਲਈ ਤਾਂ ਤੁਹਾਨੂੰ ਹਰੇਕ ਗੱਲ ਤੁਹਾਡੇ ਟਿਪਸ ਦੇ ਜ਼ਰੂਰ ਹੋਵੇ। ਸਵਾਗਤ ਹੈ ਜੀ ਸਾਰਿਆਂ ਦਾ, ਮੈਂ ਹਾਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਨੈਵੀਗੇਟਰਸ ਓਵਰਸੀਜ਼ ਔਰ ਵੀਜ਼ਾ ਐਕਸਪਰਟ ਮਿਸਿਸ ਵੀਨਾ ਗੋਇਲ ਮੈਮ ਸਾਡੇ ਨਾਲ ਨੇ। ਬਹੁਤ ਬਹੁਤ ਸਵਾਗਤ ਹੈ ਮੈਮ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਨਮਸਕਾਰ। ਸੋ ਮੈਮ, ਪਿਛਲੇ 28 ਸਾਲਾਂ ਤੋਂ ਸਟੂਡੈਂਟਸ ਨੂੰ ਤੁਸੀਂ ਗਾਈਡ ਕਰਦੇ ਰਹਿੰਦੇ ਹੋ, ਅਵੇਅਰ ਵੀ ਕਰਦੇ ਹੋ, ਬਹੁਤ ਸਾਰੇ ਸਟੂਡੈਂਟਸ ਦਾ ਫਿਊਚਰ ਬ੍ਰਾਈਟ ਕਰਨ ਦੇ ਵਿੱਚ ਤੁਸੀਂ ਉਹਨਾਂ ਦਾ ਸਾਥ ਦਿੱਤਾ, ਉਹਨਾਂ ਨੂੰ ਗਾਈਡ ਕੀਤਾ ਚੰਗੇ ਢੰਗ ਦੇ ਨਾਲ। ਸੋ ਜਦੋਂ ਆਪਾਂ ਸਵਿਟਜ਼ਰਲੈਂਡ ਸਟੱਡੀ ਵੀਜ਼ਾ ਦੀ ਗੱਲ ਕਰਦੇ ਹਾਂ, ਤੁਹਾਡਾ ਢੇਰ ਸਾਰਾ ਰਿਸਰਚ ਵਰਕ ਜ਼ਰੂਰ ਰਹਿੰਦਾ ਹਮੇਸ਼ਾ ਹਰੇਕ ਕੰਟਰੀ ਦੇ ਲਈ ਹੀ, ਤਾਂ ਸਵਿਟਜ਼ਰਲੈਂਡ ਸਟੱਡੀ ਵੀਜ਼ਾ ਨੂੰ ਵੇਖਦੇ ਹੋਇਆ ਤੁਸੀਂ ਸਟੂਡੈਂਟਸ ਨੂੰ ਕੀ ਕਹਿਣਾ ਚਾਹੋਗੇ, ਇੱਕ ਸੋਹਣੀ ਕੰਟਰੀ ਹੋਣ ਦੇ ਨਾਲ ਨਾਲ ਉਹਨਾਂ ਦੇ ਫਿਊਚਰ ਨੂੰ ਬ੍ਰਾਈਟ ਕਰਨ ਦੇ ਲਈ ਕਿਹੜੀਆਂ ਚੰਗੀਆਂ ਆਪਸ਼ਨ ਵੀ ਇੱਥੋਂ ਮਿਲ ਰਹੀਆਂ ਨੇ? ਹਰਜੋਤ, ਸਵਿਟਜ਼ਰਲੈਂਡ ਇੱਕ ਇੱਦਾਂ ਦਾ ਕੰਟਰੀ ਹੈ, ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਹੈਵਨ ਪੂਰੇ ਵਰਲਡ ਦੇ ਵਿੱਚ ਹੈ ਨਾ, ਹਰ ਬੰਦੇ ਦਾ ਇੱਕ ਸੁਖਨਾ ਹੁੰਦਾ ਕਿ ਸਵਿਟਜ਼ਰਲੈਂਡ ਲਾਈਫ 'ਚ ਜ਼ਰੂਰ ਇੱਕ ਵਾਰੀ ਜਾਇਆ ਜਾਏ। ਹੁਣ ਕਿਉਂਕਿ ਟੂਰਿਜ਼ਮ ਦਾ ਕੰਟਰੀ ਹੈ ਅਤੇ ਹਰ ਬੰਦਾ ਜਿਹੜਾ ਹੈ ਉੱਥੇ ਬੇਸਿਕਲੀ ਘੁੰਮਣਾ ਫਿਰਨਾ ਇਸ ਕੰਟਰੀ ਦੀ ਜਿਹੜੀ ਹੈ ਮੇਨ ਟੂਰਿਜ਼ਮ ਦਾ ਪਰਪਸ ਦੇ ਵਾਸਤੇ ਜਾ ਰਹੇ ਹੈ, ਅਤੇ ਜਿਹੜੇ ਕੋਰਸਿਸ ਹੈ ਸਟੂਡੈਂਟ ਚਾਹੇ ਬਿਜ਼ਨਸ ਦਾ ਕਰਨ ਟੂਰਿਜ਼ਮ ਦਾ ਕਰਨ, ਲੇਕਿਨ ਟੂਰਿਜ਼ਮ ਦੇ ਕੋਰਸਿਸ ਦੇ ਅੱਜ ਮੈਂ ਤੁਹਾਨੂੰ ਜਾਂ ਤੁਹਾਡੇ ਹੋਸਪਿਟੈਲਿਟੀ ਦੇ ਕੋਰਸਿਸ ਦੇ ਬੈਨੀਫਿਟ ਅੱਜ ਦੱਸਾਂਗੇ। ਇੱਕ ਸਟੂਡੈਂਟ ਮੇਰਾ ਕੈਨੇਡਾ ਗਿਆ ਸੀਗਾ, ਰਮਨ ਸੀਰਾ ਉਹਦਾ ਨਾਮ ਹੈ, ਮੋਗਾ ਦਾ। ਉਹਦੇ ਕਜ਼ਨ ਜਿਹੜੀ ਹੈ ਉਹ ਮਹਿਸਾਨਾ ਜਗ੍ਹਾ ਹੈ ਅਹਿਮਦਾਬਾਦ ਦੇ ਕੋਲ, ਜਿੱਥੋਂ ਦੁੱਧ ਬਹੁਤ ਜ਼ਿਆਦਾ ਆਉਂਦਾ, ਸਾਰਿਆਂ ਨੇ ਨਾਮ ਸੁਣਿਆ ਹੈਗਾ ਗੁਜਰਾਤ 'ਚ, ਉੱਥੋਂ ਆਈ। ਉਹਦਾ 3-4 ਸਾਲ ਦਾ ਗੈਪ ਸੀਗਾ, ਕੈਨੇਡਾ ਦੀ ਰਿਫਿਊਜ਼ਲ ਸੀਗੀ। ਉਹਨੂੰ ਅਸੀਂ ਗਾਈਡ ਕੀਤਾ ਕਿ ਸਵਿਟਜ਼ਰਲੈਂਡ ਜ ਉਹਦਾ ਕਿਉਂਕਿ ਕੋਈ ਹੋਸਪਿਟੈਲਿਟੀ ਦਾ ਐਕਸਪੀਰੀਅੰਸ ਸੀਗਾ, ਜਿੱਦਾਂ ਵੀ ਉਹਨੇ ਉਹ 2-3 ਸਾਲ ਦਾ ਸਾਨੂੰ ਦਿੱਤਾ। ਅਸੀਂ ਉਹਦਾ ਪੀਜ਼ੀ ਪੋਸਟ ਗ੍ਰੈਜੂਏਟ ਸਰਟੀਫਿਕੇਟ, ਮਤਲਬ ਬੈਚੁਲਰ ਵੀ ਖਤਮ ਹੋ ਗਈ, ਪਲੱਸ 2 ਦੀ ਬੱਚੀ, ਸਿੱਧਾ ਐਕਸਪੀਰੀਅੰਸ ਬੇਸ 'ਤੇ ਪੀਜ਼ੀ ਡਿਪਲੋਮਾ ਦੇ ਵਿੱਚ ਉਹਦੀ ਐਂਟਰੀ ਹੋਈ ਹੁਣ ਸਵਿਟਜ਼ਰਲੈਂਡ, ਰਾਈਟ। ਫੀਸ ਜਿਹੜੀ ਹੈ, ਫੀਸ ਅੱਗੇ ਖਾਣਾ ਪੀਣਾ ਰਹਿਣਾ ਸਾਰਾ ਮਿਲਾ ਕੇ, ਕਿਉਂਕਿ ਉਹਦੇ ਬਾਅਦ ਬੱਚੇ ਨੇ ਇੱਕ ਪੈਸਾ ਵੀ ਇੱਥੋਂ ਲੈ ਕੇ ਨਹੀਂ ਜਾਣਾ। ਕੋਈ ਵੀ ਕੰਟਰੀ ਦੀ ਜਿਹੜੀ ਫੀਸ ਹੈ 12-13 ਲੱਖ ਰੁਪਏ ਹੁੰਦੀ ਹੈ, 10-12 ਲੱਖ ਰੁਪਏ ਰਹਿਣ ਦਾ ਖਰਚਾ, ਬਾਕੀ ਖਰਚੇ ਮਿਲਾ ਕੇ 26-27 ਲੱਖ ਇਸ ਬੱਚੇ ਦੀ ਫੀਸ ਆਈ। ਉੱਥੇ ਜਾ ਕੇ ਇਹਨਾਂ ਨੇ ਐਪਲ ਦਾ ਜਿਹੜਾ ਹੈ ਲੈਪਟੋਪ ਵੀ ਇਹਨਾਂ ਨੇ ਹੀ ਦੇਣਾ ਯੂਨੀਵਰਸਿਟੀ ਵਾਲਿਆਂ ਨੇ, ਕਾਲਜ ਵਾਲਿਆਂ ਨੇ। ਹੁਣ ਸਟੂਡੈਂਟ ਜਦ ਉੱਥੇ ਜਾਂਦਾ ਹੈ, 6 ਮੰਥ ਪੜ੍ਹਨ ਦੇ ਬਾਅਦ ਅਗਲੇ 5 ਮਹੀਨੇ ਦੀ ਉਹਨਾਂ ਦੀ ਜਿਹੜੀ ਹੈ ਟ੍ਰੇਨਿੰਗ ਸ਼ੁਰੂ ਹੁੰਦੀ ਹੈ ਫੀਲਡ ਦੇ ਵਿੱਚ, ਇੰਟਰਨਸ਼ਿਪ। ਉਹ ਹੈ ਫ੍ਰੀ ਨਹੀਂ ਹੈ, ਪੇਡ 2190 ਸਵਿਸ ਫਰੈਂਕ ਮਿਲਦੇ ਆ, ਰਫਲੀ ਇੰਡੀਆ ਦਾ 2.25 ਲੱਖ ਰੁਪਇਆ ਹੋ ਗਿਆ। 10 ਲੱਖ ਰੁਪਇਆ 5 ਮਹੀਨੇ ਬਾਅਦ ਇਹਨਾਂ ਦੇ ਹੱਥ ਵਿੱਚ ਆ ਗਿਆ, ਰਹਿਣਾ ਖਾਣਾ ਪੀਣਾ ਸਾਰਾ ਉਹਨਾਂ ਦੀ ਤਰਫ ਤੋਂ। ਜਿੱਥੇ ਇੰਟਰਨਸ਼ਿਪ ਕੀਤੀ ਉੱਥੇ ਵੀ ਜਿਹੜਾ ਖਰਚਾ ਉਹਨਾਂ ਦਾ, ਔਰ ਜਿੱਥੇ ਪੜ੍ਹ ਰਹੀ ਹੈ ਉੱਥੇ ਕਾਲਜ ਦਾ ਖਰਚਾ।
ਜਦ ਕੋਰਸ ਕੰਪਲੀਟ ਹੋ ਗਿਆ ਉਹਦੇ ਬਾਅਦ ਨੈਕਸਟ ਵਰਲਡ ਲੈਵਲ 'ਤੇ ਪਲੇਸਮੈਂਟ ਸਟੂਡੈਂਟ ਦੀ। ਬੱਚਾ ਦੱਸਦਾ ਕਿ ਮੈਂ ਕਿਹੜੀ ਕੰਟਰੀ ਆਪਟ ਕਰਨੀ ਹੈ, UK ਜਾਣਾ, ਨਿਊਜ਼ੀਲੈਂਡ ਜਾਣਾ, ਆਸਟ੍ਰੇਲੀਆ ਜਾਣਾ, US ਜਾਣਾ ਜਾਂ ਅਰਬ ਦੀ ਕੋਈ ਕੰਟਰੀ, ਡਿਪੈਂਡਸ, ਕਿਉਂਕਿ ਦੁਬਈ ਵਗੈਰਾ ਵੀ ਬੱਚੇ ਲੈ ਲੈਂਦੇ ਆ, ਟੈਕਸ ਫਰੀ ਇਨਕਮ ਹੈ। ਹੁਣ ਇਸ ਬੱਚੀ ਨੇ ਲਈ US ਦੇ, ਮੇਰੇ ਕਾਫੀ ਸਾਰੇ ਬੱਚੇ, ਇੱਕ ਬੱਚੇ ਦਾ ਐਗਜ਼ਾਮਪਲ ਦੇ ਰਹੀ ਹਾਂ, ਹਰਸਿਮਰਨ ਹੈ, ਉਹ ਚੰਡੀਗੜ੍ਹ ਦਾ, ਉਹ ਵੀ ਸਿੱਧਾ ਉੱਥੇ ਹੀ ਗਿਆ। ਇਹਨਾਂ ਨੇ ਬੱਚਿਆਂ ਨੇ US ਦੀ ਆਪਸ਼ਨ ਲਈ। US ਦੇ ਵਿੱਚ ਹੁਣ ਇਹ ਨਹੀਂ ਕਿ ਅੱਗੇ ਪੜ੍ਹਾਈ ਦੇ ਬੇਸ 'ਤੇ ਜਾ ਰਹੇ, ਅੱਗੇ ਇੰਟਰਨਸ਼ਿਪ ਦੇ ਬੇਸ 'ਤੇ ਜਾ ਰਹੇ। 18 ਮੰਥਸ ਦੀ ਪੇਡ ਇੰਟਰਨਸ਼ਿਪ, ਮੀਨਸ ਇਹਨਾਂ ਨੇ ਇੱਥੇ ਕੋਰਸ ਕਰ ਲਿਆ, ਕਾਲਜ ਨੇ ਅਮੈਰੀਕਾ 'ਚ ਇਹਨਾਂ ਨੂੰ ਜੋਬ ਦਵਾ ਦਿੱਤੀ, ਹੁਣ ਇਹ J1 ਵੀਜ਼ਾ ਲੈ ਕੇ ਉੱਥੋਂ ਜੋਬ ਬੇਸ 'ਤੇ ਚਲੇ ਗਏ। ਹੁਣ ਅੱਗੇ 18 ਮੰਥਸ ਦਾ ਕੋਰਸ ਕਰਕੇ ਫਿਰ ਇੰਪਲਾਇਰ ਇਹਨਾਂ ਦਾ ਐਕਸਟੈਂਡ ਕਰ ਦਿੰਦਾ, ਕਿਉਂਕਿ ਕੰਮ ਤਾਂ ਕਰਨਾ ਹੀ ਪਏਗਾ, ਕੰਮ ਪਸੰਦ ਆਉਣਾ ਚਾਹੀਦਾ, ਫਿਰ ਇੰਪਲਾਇਰ ਐਕਸਟੈਂਡ ਕਰ ਦਿੰਦਾ, 3 ਸਾਲ ਦਾ ਇਕੱਠਾ ਕਰ ਲੈਂਦੇ ਅਤੇ ਇਹਨਾਂ ਨੂੰ ਗ੍ਰੀਨ ਕਾਰਡ ਮਿਲ ਜਾਂਦਾ ਇਮੀਡੀਏਟ, ਜਿਹੜਾ ਕਿ ਬਾਕੀ ਜੋਬਸ ਦੇ ਵਿੱਚ 5 ਸਾਲ ਦੇ ਬਾਅਦ ਮਿਲਦਾ ਜਾਂ ਉਸ ਤੋਂ ਵੀ ਬਾਅਦ, ਡਿਪੈਂਡ ਕਰਦਾ। ਇੰਨਾ ਕੁ ਸੌਖਾ ਹੈ, ਮੈਂ ਤਾਂ ਦੱਸ ਰਹੀ ਹਾਂ ਕਿ ਸਾਡੇ ਬੱਚੇ ਪ੍ਰੈਕਟੀਕਲੀ ਜਾ ਚੁੱਕੇ ਹੈ ਔਰ ਇੰਨਾ ਕੁ ਪੈਸਾ, ਮਤਲਬ 12-15 ਲੱਖ ਲਗਾ ਕੇ ਉਹਨਾਂ ਨੇ ਪੜ੍ਹਾਈ ਵੀ ਕਰ ਲਈ, ਕੈਰੀਅਰ ਵੀ ਬਣਾ ਲਿਆ, ਸਰਟੀਫਿਕੇਟ 'ਚ ਵੀ ਹੱਚਵੇ ਆ ਗਿਆ, ਔਰ US ਵਰਗੀ ਕੰਟਰੀ ਜਿੱਥੇ ਬੱਚੇ ਇੰਟਰਵਿਊ ਦੇਣ ਤੋਂ ਡਰਦੇ ਆ, ਉੱਥੇ ਜੋਬ ਬੇਸ 'ਤੇ ਗਏ ਆ। ਅਤੇ ਦਿਸ ਇਜ਼ ਵਨ ਆਫ ਦਾ ਬੈਸਟ ਪ੍ਰੋਗਰਾਮ, ਯੂ ਕੈਨ ਚੂਜ਼। ਆਇਲਟਸ ਸਾਨੂੰ ਖਾਲੀ 5.5 ਬੈਂਡ ਚਾਹੀਦੀ ਹੈ, ਨਥਿੰਗ ਮੋਰ ਦੈਨ ਦੈਟ, ਜ਼ਿਆਦਾ ਹੈ ਤਾਂ ਵਧੀਆ ਗੱਲ ਹੈ। ਆਇਲਟਸ ਖਾਲੀ 5.5 ਬੈਂਡ ਐਂਡ ਫੰਡਸ 1 ਡੇ ਓਲਡ ਵੀ ਚੱਲ ਜਾਂਦੇ ਆ। ਜਦ ਤੁਸੀਂ ਕੋਈ ਹੋਸਪਿਟੈਲਿਟੀ ਦਾ ਕੋਰਸ ਕੀਤਾ ਹੋਇਆ, ਐਡਿਡ ਐਡਵਾਂਟੇਜ ਮਿਲਦਾ ਤੁਹਾਨੂੰ, ਜਿੱਦਾਂ ਮੈਂ ਇਸ ਬੱਚੀ ਦਾ ਤੁਹਾਨੂੰ ਦੱਸਿਆ ਕਿ 2-3 ਸਾਲ ਦਾ ਗੈਪ ਸੀਗਾ, ਐਕਸਪੀਰੀਅੰਸ ਉਹਦੇ ਕੋਲ ਸੀਗਾ ਅਤੇ ਸਿੱਧਾ ਮਾਸਟਰ ਲੈਵਲ 'ਤੇ ਇਹਦਾ ਹੋ ਗਿਆ। ਤਾਂ ਦਿਸ ਇਜ਼ ਵਨ ਆਫ ਦਾ ਬੈਸਟ ਕੋਰਸ। ਜਿਹੜੇ ਵੀ ਬੱਚਿਆਂ 'ਤੇ ਕੋਈ ਰਿਜੈਕਸ਼ਨ ਹੈ ਜਾਂ ਮਾਯੂਸ ਹੋ ਚੁੱਕੇ ਹੈ ਜਾਂ ਬੈਂਡ ਨਹੀਂ ਆ ਰਹੇ ਜਾਂ ਉਹਨਾਂ ਨੇ ਕਿੱਧਰੇ ਹੋਰ ਨਹੀਂ ਜਾਣਾ, ਇੱਕ ਬੱਚਾ ਜਿਹੜਾ ਹਰਮਨ ਸੀਗਾ ਉਹਨੇ ਤਾਂ IAS ਦੀ ਸਟੱਡੀ ਛੱਡ ਕੇ ਇੱਕ ਕੋਰਸ ਲਿਆ ਸੀ, ਹੁਣ ਉਹ US ਉਹ ਵੀ ਬੱਚਾ ਬੈਠਿਆ। ਨੈਕਸਟ ਪ੍ਰੋਗਰਾਮ 'ਚ ਮੈਂ ਤੁਹਾਨੂੰ ਉਹਦਾ ਕਿਹੜੇ ਹੋਟਲ 'ਚ, ਮੈਂ ਭੁੱਲ ਰਹੀ ਹਾਂ ਇਸ ਟਾਈਮ, ਉਹਦੀ ਡਿਟੇਲ ਆਫਿਸ ਤੋਂ ਲਿਆ ਕੇ ਤੁਹਾਨੂੰ ਉਹਦਾ ਵੀ ਮੈਂ ਸ਼ੇਅਰ ਕਰ ਦਊਂ। ਜੀ ਵਾਕਈ ਮੈਮ, ਆਪਣਿਆਂ ਵਿੱਚ ਬਹੁਤ ਚੰਗੀ ਆਪਸ਼ਨ। ਸਵਿਟਜ਼ਰਲੈਂਡ ਵਰਗੀ ਕੰਟਰੀ ਜਿੱਥੇ ਲੋਕ ਘੁੰਮਣ ਜਾਣਾ ਸਪੈਸ਼ਲੀ ਪਸੰਦ ਕਰਦੇ, ਤਾਂ ਉੱਥੇ ਸਟੂਡੈਂਟ ਜਾ ਕੇ ਪੜ੍ਹਾਈ ਕਰੇਗਾ, ਉੱਥੇ ਰਹਿਣ ਦਾ ਉਹਨੂੰ ਮੌਕਾ। ਅੱਛਾ, ਇੱਕ ਚੀਜ਼ ਮੈਂ ਦੱਸਣਾ ਭੁੱਲ ਗਈ, ਫੀਸ ਵੀ ਵੀਜ਼ੇ ਦੇ ਬਾਅਦ ਹੈ। ਓਕੇ, ਦੈਟਸ ਵਨ ਅਗੇਨ ਦੈਟਸ ਅ ਬਿਊਟੀ ਆਫ ਦਾ ਪ੍ਰੋਗਰਾਮ। ਛੋਟੀ ਮੋਟੀ ਫੀਸ ਪਹਿਲੇ ਜਾਂਦੀ ਹੈ, ਬਾਕੀ ਸਾਰੇ ਜਦ ਅਪਰੂਵਲ ਆ ਜਾਂਦੀ ਹੈ ਉਹਦੇ ਬਾਅਦ। ਜੀ ਦੇਖੋ, ਬਹੁਤ ਸਾਰੀ ਚੰਗੀਆਂ ਆਪਸ਼ਨਸ, ਤੁਸੀਂ ਸਵਿਟਜ਼ਰਲੈਂਡ ਵਰਗੀ ਕੰਪਨੀ ਕੰਟਰੀ ਦੇ ਵਿੱਚ ਜਾ ਕੇ ਆਪਣੀ ਪੜ੍ਹਾਈ ਕਰੋਗੇ, ਉੱਥੇ ਰਹੋਗੇ, ਉਹ ਖੂਬਸੂਰਤ ਕੰਟਰੀ ਦੀ ਖੂਬਸੂਰਤੀ ਨੂੰ ਮਾਨਣ ਦਾ ਮੌਕਾ ਮਿਲੇਗਾ, ਉਸ ਤੋਂ ਬਾਅਦ ਤੁਸੀਂ USA ਜਾ ਸਕਦੇ ਹੋ, ਉਹ ਵੀ ਜੋਬ ਦੇ ਉੱਪਰ, ਔਰ ਉੱਥੇ ਤੁਹਾਨੂੰ ਕਿੰਨੀ ਈਜ਼ੀਲੀ ਗ੍ਰੀਨ ਕਾਰਡ ਵੀ ਮਿਲ ਸਕਦਾ ਹੈ। ਸੋ ਵਾਕਈ ਆਪਣੇ ਆਪ ਦੇ ਵਿੱਚ ਇੱਕ ਕੰਪਲੀਟ ਪੈਕੇਜ, ਵਧੀਆ ਪੈਕੇਜ ਅਸੀਂ ਕਹਿ ਸਕਦੇ ਹਾਂ, ਜੋ ਅੱਜ ਦੇ ਟਾਈਮ ਵਿੱਚ ਸਟੂਡੈਂਟ, ਹਰ ਕੋਈ ਸਟੂਡੈਂਟ ਮੰਗਦਾ ਕਿ ਸਾਨੂੰ, ਨਾਲੇ ਸਿਕਿਓਰ ਵੀ ਹੈ ਕਿ ਤੁਸੀਂ ਫੀਸ ਬਾਅਦ ਵਿੱਚ ਦੇਣੀ ਹੈ। ਸੋ ਜ਼ਰੂਰ ਜਿਹੜੇ ਵੀ ਸਟੂਡੈਂਟ ਇਹ ਵੀਡੀਓ ਦੇਖ ਰਹੇ ਨੇ, ਸੁਣ ਰਹੇ ਨੇ, ਤਾਂ ਤੁਸੀਂ ਇਸ ਨੰਬਰ 'ਤੇ ਜਿਹੜਾ ਡਿਸਪਲੇ ਕੀਤਾ ਹੋਇਆ ਸੀ ਸਕਰੀਨ ਦੇ ਉੱਪਰ, ਇਸ ਉੱਪਰ ਕਾਲ ਕਰੋ, ਨੈਵੀਗੇਟਰਸ ਓਵਰਸੀਜ਼, ਸੋ ਪੂਰੀ ਇਨਫੋਰਮੇਸ਼ਨ ਲਓ, ਕਿਵੇਂ ਅਪਲਾਈ, ਕਦੋਂ ਅਪਲਾਈ ਤੁਸੀਂ ਕਰ ਸਕਦੇ ਹੋ। ਆਪਣੇ ਹੋਰ ਦੋਸਤਾਂ ਮਿੱਤਰਾਂ ਨਾਲ ਵੀ ਇਹ ਵੀਡੀਓ ਜ਼ਰੂਰ ਸਾਂਝੀ ਕਰੋ, ਤਾਂ ਕਿ ਉਹਨਾਂ ਨੂੰ ਵੀ ਇੰਨੀ ਚੰਗੀ ਆਪਸ਼ਨ ਬਾਰੇ ਸਾਰੀ ਇਨਫੋਰਮੇਸ਼ਨ ਜ਼ਰੂਰ ਪਤਾ ਚੱਲ ਸਕੇ, ਅਤੇ ਤੁਸੀਂ ਰਲ ਕੇ ਆਪਣਾ ਮਾਇੰਡ ਬਣਾ ਕੇ ਜੋ ਹੈ ਇੱਥੇ ਅਪਲਾਈ ਕਰ ਸਕਦੇ ਹੋ। ਨੈਵੀਗੇਟਰਸ ਓਵਰਸੀਜ਼ ਦੇ ਆਫਿਸ ਵੀ ਤੁਸੀਂ ਵਿਜ਼ਿਟ ਕਰ ਸਕਦੇ ਹੋ, ਤਾਂ ਕਿ ਡਿਟੇਲ ਵਿੱਚ ਸਾਰੀ ਚੀਜ਼ਾਂ ਤੁਸੀਂ ਜ਼ਰੂਰ ਸਮਝ ਲਓ,
ਆਪਣੇ ਡਾਕੂਮੈਂਟ ਜ਼ਰੂਰ ਨਾਲ ਲੈ ਕੇ ਜਾਇਓ, ਅਸੈਸਮੈਂਟ ਕਰਵਾਓ ਅਤੇ ਸਹੀ ਢੰਗ ਦੇ ਨਾਲ ਅਪਲਾਈ ਕਰਦੇ ਹੋਏ ਆਪਣੇ ਫਿਊਚਰ ਨੂੰ ਤੁਸੀਂ ਸਿਕਿਓਰ ਕਰ ਸਕਦੇ ਹੋ। ਬਹੁਤ ਬਹੁਤ ਥੈਂਕਸ ਮੈਮ, ਹਰ ਵਾਰ ਤੁਸੀਂ ਸਟੂਡੈਂਟਸ ਨੂੰ ਬਹੁਤ ਚੰਗੀਆਂ ਚੰਗੀਆਂ ਆਪਸ਼ਨ ਜੋ ਹੈ ਇਹਨਾਂ ਵੀਡੀਓਜ਼ ਦੇ ਜ਼ਰੀਏ ਗਾਈਡ ਕਰਦੇ ਹੋ, ਅਤੇ ਅੱਗੋਂ ਵੀ ਆਪਾਂ ਇਸੇ ਤਰ੍ਹਾਂ ਨਾਲ ਸਟੂਡੈਂਟਸ ਲਈ ਹੋਰ ਚੰਗੀਆਂ ਇਨਫੋਰਮੇਟਿਵ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਹਾਂਗੇ। ਫਿਲਹਾਲ ਹੀ ਦਿਓ ਜੀ ਇਜਾਜ਼ਤ, ਥੈਂਕ ਯੂ ਸੋ ਮਚ। ਥੈਂਕ ਯੂ।